ਸੁਖਬੀਰ ਬਾਦਲ ਦੁਆਰਾ ਜਲਾਲਾਬਾਦ ਨੂੰ ਕਰੋਨਾ ਵਾਇਰਸ ਟੈਸਟਿੰਗ ਮਸ਼ੀਨ ਦਿੱਤੀ ਪਹੁੰਚੀ ਫਰੀਦਕੋਟ। ਟੈਸਟਿੰਗ ਮਸ਼ੀਨ ਫਰੀਦਕੋਟ ਪਹੁੰਚਣ ਤੋਂ ਬਾਅਦ ਜਲਾਲਾਬਾਦ ਵਿੱਚ ਆਏ 4 ਕਰੋਨਾ ਪਾਜ਼ਿਟਿਵ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਦੁਆਰਾ ਜਲਾਲਾਬਾਦ ਸਿਵਲ ਹਸਪਤਾਲ ਨੂੰ ਇੱਕ ਕਰੋਨਾ ਟੈਸਟਿੰਗ ਮਸ਼ੀਨ ਦਿੱਤੀ ਗਈ। ਬਾਦਲ ਅਨੁਸਾਰ ਇਸ ਮਸ਼ੀਨ ਨੂੰ ਖਰੀਦਣ ਵਾਸਤੇ 15 ਲੱਖ ਰੁਪਏ ਅਦਾ ਕੀਤੇ ਹਨ ਅਤੇ ਇਹ ਮਸ਼ੀਨ ਵਿਦੇਸ਼ ਤੋਂ ਮੰਗਵਾਈ ਹੈ। ਇਸ ਮਸ਼ੀਨ ਦੇ ਜਲਾਲਾਬਾਦ ਪਹੁੰਚਣ ਤੋਂ ਬਾਅਦ ਟੈਸਟਿੰਗ ਦੀ ਗਿਣਤੀ ਵੱਧ ਜਾਏਗੀ ਅਤੇ ਆਉਣ ਵਾਲੇ ਸਮੇਂ 'ਚ ਕਰੋਨਾ ਮਰੀਜ਼ਾਂ ਦੀ ਸ਼ਨਾਖਤ ਜਲਦੀ ਹੋਣ ਲੱਗ ਪਵੇਗੀ। ਜਿਹੜਾ ਸੈਂਪਲ ਲਿੱਤਾ ਜਾਂਦਾ ਹੈ ਆਪਣਾ ਕਰੋਨਾ ਦਾ, ਉਹ ਸੈਂਪਲ ਪੋਜ਼ਿਟਿਵ ਹੈ ਨੈਗੇਟਿਵ ਹੈ ਇਸ ਮਸ਼ੀਨ ਦੱਸਦੀ ਹੁੰਦੀ ਹੈ। ਇਹ ਮਸ਼ੀਨ ਸੋ ਆਪਣੇ ਏਰੀਏ 'ਚ ਮਸ਼ੀਨ ਇਲਾਕੇ ਆਪਣੇ ਏਰੀਆ 'ਚ ਪਹਿਲੀ ਮਸ਼ੀਨ ਹੈ, ਮਤਲਬ 15-20 ਲੱਖ ਰੁਪਏ ਦਾ ਸਾਰਾ ਜਗਾ ਆਇਆ ਸਾਰਾ ਕੁਛ ਸਿਸਟਮ। ਪਹਿਲੇ ਮਸ਼ੀਨ ਹੈ ਨਹੀਂ ਸੀ ਟੈਸਟ ਕਰਨ ਵਾਸਤੇ, ਬਾਹਰੋਂ ਇੰਪੋਰਟ ਕਰਕੇ ਲਿਆਉਂਦੀ ਹੈ ਮੈਂ ਆਪਣੇ ਕੋਲੋਂ, ਜਿਹਦੇ ਕਰਕੇ ਖੁਰਾਕ ਭਾਈ ਦੇ ਦਿੱਤੀ ਹੈ ਜਿਹਦੇ ਨਾਲ ਆਪਾਂ ਹੁਣ ਇੱਥੋਂ ਆਪਣਾ ਟੈਸਟ ਇੱਥੇ ਹੀ ਹੋ ਜਾਏਗਾ। ਇਸ ਤੋਂ ਪਹਿਲਾਂ ਉਹਨਾਂ ਦੀ ਸੈਂਪਲਿੰਗ ਰਿਪੋਰਟ ਪ੍ਰਾਪਤ ਕਰਨ ਵਾਸਤੇ ਸੈਂਪਲ ਪਟਿਆਲੇ ਭੇਜਣਾ ਪੈਂਦਾ ਸੀ ਜਿਸ ਲਈ ਸਮਾਂ ਲੱਗਦਾ ਸੀ। ਅੱਜ ਜਲਾਲਾਬਾਦ ਵਿੱਚ ਕਰੋਨਾ ਪੋਜ਼ਿਟਿਵ ਮਰੀਜ਼ ਆਉਣ 'ਤੇ ਜਦੋਂ ਮੀਡੀਆ ਨੇ ਸਿਵਲ ਸਰਜਨ ਨਾਲ ਗੱਲ ਕੀਤੀ ਕਿ ਸੁਖਬੀਰ ਬਾਦਲ ਦੁਆਰਾ ਭੇਜੀ ਮਸ਼ੀਨ ਦੀ ਸੈਂਪਲਿੰਗ ਲਈ ਦੇਰੀ ਕਿਉਂ ਹੋਈ ਹੈ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਸ ਮਸ਼ੀਨ ਨੂੰ ਚਲਾਉਣ ਵਾਸਤੇ ਸਕਿੱਲ ਟੈਕਨੀਸ਼ੀਅਨ ਨਾ ਹੋਣ ਕਰਕੇ ਇਹ ਮਸ਼ੀਨ ਫਰੀਦਕੋਟ ਭੇਜ ਦਿੱਤੀ ਗਈ ਸੀ। ਸਰ, ਜਿਹੜੇ ਸੁਖਬੀਰ ਬਾਦਲ ਪਿਛਲੇ ਦਿਨ ਇੱਥੇ ਇੱਕ ਟੈਸਟਿੰਗ ਮਸ਼ੀਨ ਦੇ ਗਏ ਸੀ ਅਤੇ ਉਹਦੇ ਨਾਲ ਜਲਦੀ ਨਹੀਂ ਹੋ ਰਿਹਾ ਸੀ ਕੰਮ? ਜਿਹੜੀ ਮਸ਼ੀਨ ਹੈ ਆਹੀ ਜਿਹੜੇ ਹੈਗੇ ਟੈਸਟਾਂ ਵਾਸਤੇ ਹੀ ਹੈ, ਪਰ ਉਹ ਦੱਸ ਰਹੇ ਸੀ ਵੀ ਇੱਥੇ ਕੋਈ ਜਿਹੜਾ ਸਪੈਸ਼ਲਾਈਜ਼ਡ ਕਮਰਾ ਅਤੇ ਸਕਿੱਲਡ ਸਟਾਫ ਨਾ ਹੋਣ ਕਾਰਨ ਉਹ ਜਿਹੜੀ ਮਸ਼ੀਨ ਹੈ ਉਹ ਫਰੀਦਕੋਟ ਹੀ ਜਿਹੜੀ ਹੈ ਫਿਲਹਾਲ ਇੰਸਟਾਲ ਕੀਤੀ ਗਈ ਹੈ ਅਤੇ ਉਹ ਸਾਨੂੰ ਦੱਸਿਆ ਗਿਆ ਸੀ ਵੀ ਉਹ ਜਿਹੜੇ ਜ਼ਿਲ੍ਹਾ ਫਾਜ਼ਿਲਕਾ ਦੇ ਸੈਂਪਲਾਂ ਵਾਸਤੇ ਉਹ ਜ਼ਿਆਦਾ ਵਰਤੀ ਜਾਏਗੀ। ਮਤਲਬ ਸਟਾਫ ਨਾ ਹੋਣ ਦੀ ਵਜ੍ਹਾ ਕਰਕੇ ਉਹਨੂੰ ਸ਼ਿਫਟ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਿਹੜੇ ਬਾਰਡਰ ਪੱਟੀ ਦੇ ਲੋਕਾਂ ਨੂੰ ਇਸ ਮਸ਼ੀਨ ਦੀ ਸਹੂਲਤ ਮਿਲਣੀ ਸੀ ਫਰੀਦਕੋਟ ਜਾਣ ਕਰਕੇ ਇਹ ਸਹੂਲਤ ਤੋਂ ਵਾਂਝੇ ਰਹਿ ਗਏ ਹਨ। ਟੈਸਟਿੰਗ ਮਸ਼ੀਨ ਨੂੰ ਫਰੀਦਕੋਟ ਸ਼ਿਫਟ ਕਰਨ ਦੇ ਕਾਰਨ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਸਕਦਾ ਹੈ। ਭਾਰਤ ਸੰਦੇਸ਼ ਲਈ ਜਲਾਲਾਬਾਦ ਤੋਂ ਪਰਮਜੀਤ ਟਾਬਾ ਦੀ ਰਿਪੋਰਟ।